ਸਤਿ ਸ੍ਰੀ ਅਕਾਲ ਜੀ, ਮੈਂ ਗੁਰਿੰਦਰ ਸਿੰਘ ਕੋਟਕਪੂਰਾ। ਗੁੱਡ ਮਾਰਨਿੰਗ ਵੈਲਫੇਅਰ ਕਲੱਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਡਾਕਟਰ ਦੇਵਰਾਜ ਜੀ ਤੁਹਾਡੇ ਲਈ ਲਿਆਏ ਨੇ ਤੁਹਾਡੀ ਸਿਹਤ ਤੰਦਰੁਸਤੀ ਲਈ ਇੱਕ ਨੁਕਤਾ, ਇੱਕ ਟੌਪਿਕ, ਇੱਕ ਟਿਪਸ। ਮੇਰਾ ਅੱਜ ਦਾ ਬੋਲਣ ਦਾ ਵਿਸ਼ਾ ਹੈ ਅੱਧੇ ਸਿਰ ਦਾ ਦੁਖਣਾ, ਜਿਹਨੂੰ ਅਸੀਂ ਮੈਡੀਕਲ ਲਾਈਨ ਦੇ ਵਿੱਚ ਮਾਈਗ੍ਰੇਨਸ ਕਹਿੰਦੇ ਹਾਂ ਜੀ। ਇਹ ਆਮ ਤੌਰ ਤੇ ਬਹੁਤ ਲੋਕਾਂ ਨੂੰ ਤਕਲੀਫ ਹੈਗੀ ਹੈ, ਅੱਧਾ ਸਿਰ ਦੁਖਦਾ, ਉਲਟੀਆਂ ਆਉਂਦੀਆਂ ਹਨ। ਇਹਦੇ ਵਾਸਤੇ ਇੱਕ ਬੜਾ ਵਧੀਆ ਘਰੇਲੂ ਨੁਸਖਾ ਹੈ ਕਿ ਸੁਬਾ ਸ਼ਾਮ ਦੋ ਬੂੰਦਾਂ ਉਹਦੇ, ਦੋ ਬੂੰਦਾਂ ਉਹਦੇ ਨੱਕ ਦੇ ਵਿੱਚ ਬਦਾਮ ਰੋਗਦੀਆਂ ਪਾਓ, 15 ਦਿਨ ਲਗਾਤਾਰ ਪਾਉਣ ਨਾਲ ਤੁਹਾਡੀ ਇਹ ਬਿਮਾਰੀ ਠੀਕ ਹੋ ਜਾਏ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ! ਡਾਕਟਰ ਦੇਵਰਾਜ ਜੀ ਨੇ ਤੁਹਾਡੇ ਅੱਧਾ ਸਿਰ ਦੁਖਣ ਦੀ, ਮਾਈਗ੍ਰੇਨ ਦੀ ਬਿਮਾਰੀ ਬਾਰੇ ਬਹੁਤ ਵਧੀਆ ਨੁਕਤਾ ਸਾਂਝਾ ਕੀਤਾ। ਤੇ ਹੁਣ ਸੁਪਰਡੈਂਟ ਜਸਕਰਨ ਸਿੰਘ ਭੱਟੀ, ਜੋ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਦੇ ਤੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਸਰਗਰਮ ਆਗੂ ਨੇ, ਤੁਹਾਡੇ ਲਈ ਅਨਮੋਲ ਵਚਨ ਲੈ ਕੇ ਆਏ ਨੇ। ਅੱਜ ਦਾ ਅਨਮੋਲ ਵਚਨ ਹੈ ਜੀ, ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਜੇ ਹਰ ਉਸ ਕੁੱਤੇ ਦੇ ਪੱਥਰ ਮਾਰਨ ਲਈ ਰੁਕੋਗੇ ਜੋ ਤੁਹਾਨੂੰ ਦੇਖ ਕੇ ਭੌਂਕਦਾ ਹੈ। ਕਿਆ ਬਾਤ ਹੈ, ਕਿਆ ਬਾਤ ਹੈ! ਇਬਰਾਹਿਮ ਲਿੰਕਨ ਦਾ ਬਹੁਤ ਵਧੀਆ ਵਿਚਾਰ ਸਾਂਝਾ ਕੀਤਾ ਕਿ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਜੇ ਹਰ ਉਸ ਕੁੱਤੇ ਨੂੰ ਰੋਕ ਕੇ ਪੱਥਰ ਮਾਰੋਗੇ ਜੋ ਤੁਹਾਨੂੰ ਦੇਖ ਕੇ ਪੌਂਕਦਾ, ਤਾਂ ਤੁਸੀਂ ਆਪਣੀ ਮੰਜ਼ਿਲ ਤੇ ਕਦੀ ਨਹੀਂ ਪਹੁੰਚ ਸਕੋਗੇ। ਵਾਹ ਜੀ ਵਾਹ! ਮੈਂ ਗੁਰਿੰਦਰ ਸਿੰਘ ਕੋਟਕਪੂਰਾ।